ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਤਵਲੀਨ ਕੌਰ ਅਤੇ ਤੁਸੀਂ ਇਸ ਟਾਈਮ ਵੇਖ ਰਹੇ ਹੋ ਸਟਰੇਟ ਲਾਈਨ ਨਿਊਜ਼। ਜੇਕੇ ਬੈਂਕ ਸਾਡਾ ਸਾਰਿਆਂ ਦਾ ਆਪਣਾ ਬੈਂਕ, ਜੇਕੇ ਬੈਂਕ ਨੇ ਕੀ ਕੀਤਾ, ਫਾਰਮ ਕੱਢੇ, ਪੀਓ ਦੇ ਫਾਰਮ ਕੱਢੇ ਅਤੇ ਸਾਰਿਆਂ ਨੇ ਨਾ ਬਹੁਤ ਹੀ ਰੀਝਾਂ ਨਾਲ ਫਾਰਮ ਭਰੇ। ਸਾਰਿਆਂ ਨੇ ਨਹੀਂ, ਜਿਹੜੇ ਸਟੂਡੈਂਟਸ, ਕੁਛ ਸਟੂਡੈਂਟਸ ਜਿਨ੍ਹਾਂ ਨੇ ਫਾਰਮ ਭਰੇ ਅਤੇ ਅਸੀਂ ਵੀ ਭਰੇ, ਮੇਰੇ ਫਰੈਂਡਸ ਨੇ ਵੀ ਭਰੇ ਫਾਰਮ। ਭਰਿਆ 1,000-1,200 ਰੁਪਇਆ ਫੂਕਿਆ ਫਾਰਮ 'ਤੇ। ਉਹਦੇ ਬਾਅਦ ਪੇਪਰ ਦੀ ਤਿਆਰੀ ਕਰਨਾ ਸ਼ੁਰੂ ਹੋ ਗਏ। ਬੜੀ ਮਿਹਨਤ ਕੀਤੀ ਪੇਪਰ ਦੀ ਤਿਆਰੀ ਵਾਸਤੇ, ਮੈਂ ਕਹਿੰਦੀ ਹਾਂ ਕਾਲੇ ਘੇਰੇ ਪੈ ਗਏ ਅੱਖਾਂ ਦੇ ਅੱਗੇ ਪਿੱਛੇ, ਲੱਕ ਦੁਖਣਾ ਸ਼ੁਰੂ ਹੋ ਗਿਆ ਬੈਠ ਬੈਠ ਕੇ ਪੜ੍ਹ ਪੜ੍ਹ ਕੇ। ਬੱਚਿਆਂ ਨੇ ਪੇਪਰ ਦਿੱਤੇ, ਪ੍ਰੀ ਕਲੀਅਰ ਹੋ ਗਿਆ। ਜਦੋਂ ਪ੍ਰੀ ਕਲੀਅਰ ਹੋ ਗਿਆ ਤਾਂ ਫਿਰ ਕੌਨਫੀਡੈਂਸ ਆ ਗਿਆ। ਫਿਰ ਉਹਦੇ ਬਾਅਦ ਕੀ ਕਹਿੰਦਾ, ਮੇਨਸ ਦਾ ਪੇਪਰ ਦਿੱਤਾ ਅਤੇ ਅੱਧੇ ਬੱਚਿਆਂ ਨੂੰ ਤਾਂ ਪੂਰਾ ਕਨਫਰਮ ਸੀ ਕਿ ਸਾਡਾ ਮੇਨਸ ਵੀ ਜਿਹੜਾ ਉਹ ਕਲੀਅਰ ਹੋਣਾ ਹੀ ਹੋਣਾ। ਅਤੇ ਹੁੰਦਾ ਇਹ ਕਿ ਜਦੋਂ ਤੁਸੀਂ ਪੀਓ ਬਣ ਜਾਂਦੇ ਫਿਰ ਵਿਆਹ ਸ਼ਾਦੀ ਦੀਆਂ ਤਿਆਰੀਆਂ ਵੀ ਚੱਲ ਪੈਂਦੀਆਂ। ਅਤੇ ਜਦੋਂ ਫਿਰ ਵਿਆਹ ਸ਼ਾਦੀ ਦੀਆਂ ਤਿਆਰੀਆਂ ਚੱਲ ਪਈਆਂ, ਹਾਂ ਮਤਲਬ ਤੁਸੀਂ ਪੀਓ ਜਦੋਂ ਨੌਕਰੀ ਸ਼ੋਕਰ ਲੱਗ ਜਾਂਦੀ ਫਿਰ ਤਾਂ ਵਿਆਹ ਹੀ ਹੁੰਦਾ ਨਾ। ਅਤੇ ਜਿਨ੍ਹਾਂ ਨੂੰ ਪਤਾ ਸੀ ਕਿ ਸਾਡਾ ਮੇਨਸ ਕਲੀਅਰ ਹੋਣ ਵਾਲਾ ਤਾਂ ਉਹਨਾਂ ਨੇ ਵਿਆਹ ਸ਼ਾਦੀ ਦੀਆਂ ਤਿਆਰੀਆਂ ਵੀ ਕਰ ਦਿੱਤੀਆਂ। ਘਰ ਤਿਆਰੀਆਂ ਸ਼ਿਆਰੀਆਂ, ਮੁਹੱਲੇ ਵਾਲਿਆਂ ਨੂੰ ਵੀ ਸੁਣਾਇਆ ਸਾਡੀ ਕੁੜੀ ਪੀਓ ਲੱਗਣ ਵਾਲੀ ਹੈ, ਸਾਡੀ ਕੁੜੀ ਮਹਾਰਾਜ ਪੀਓ ਲੱਗਣੀ, ਸਾਡੀ ਕੁੜੀ ਦੇ ਬੈਂਕ 'ਚ ਨੌਕਰੀ ਲੱਗੀ, ਸਾਡੇ ਮੁੰਡੇ ਦੀ ਬੈਂਕ 'ਚ ਨੌਕਰੀ ਲੱਗਣ ਵਾਲੀ ਹੈ। 1 ਸਾਲ ਹੋ ਗਿਆ, ਘਰਦੇ ਨੂੰ ਵੀ ਇਹੋ ਕਹਿੰਦੇ, ਵਿਆਹ ਦੀਆਂ ਤਿਆਰੀਆਂ ਵੀ ਕਰਦੇ ਬੱਚੇ, ਮੈਨੂੰ ਲੱਗਦਾ ਅੱਧੇ ਤਿਆਰੀਆਂ ਕਰਦੇ ਵੀ ਹੋਣੇ। 1 ਸਾਲ ਦੇ ਬਾਅਦ ਨਾ ਬੱਚੇ ਜਿਹੜੇ ਨੂੰ ਸਾਡੇ ਆਪਣੇ BJP ਦੇ ਰਵਿੰਦਰ ਰੈਨਾ ਜੀ, ਉਹਨਾਂ ਕੋਲ ਰੋਜ਼ ਆਉਂਦੇ ਨੇ, ਕਦੋਂ ਆਉਣਾ ਰਿਜ਼ਲਟ, ਉਹ ਕਹਿੰਦੇ ਬਸ ਬਸ ਸਵੇਰੇ ਆਉਣੇ ਵਾਲਾ ਰਿਜ਼ਲਟ, ਬਸ ਬਸ ਪਰਸੋਂ ਰਿਜ਼ਲਟ ਆਉਣ ਵਾਲਾ, ਮਤਲਬ 1 ਘੰਟੇ ਬਾਅਦ ਰਿਜ਼ਲਟ ਆਉਣਾ, 1.5 ਘੰਟੇ ਬਾਅਦ ਰਿਜ਼ਲਟ ਆਉਣਾ, ਮਹਾਰਾਜ ਅੱਜ ਰਿਜ਼ਲਟ ਆਇਆ, ਕੱਲ੍ਹ ਰਿਜ਼ਲਟ ਆਇਆ। ਅਤੇ ਹੋਇਆ ਕਿ ਸਾਡੇ ਆਪਣੇ ਅਫਸਰ ਜੀ ਬਾਹਰ ਆਏ, ਇਹਨਾਂ ਨੇ ਪ੍ਰੈਸ ਕਾਨਫਰੰਸ ਰੱਖਾਈ ਅਤੇ ਪ੍ਰੈਸ ਕਾਨਫਰੰਸ 'ਚ ਇਹ ਕਹਿ ਦਿੱਤਾ ਕਿ ਜਿਹੜੀ ਤੁਹਾਡੀ ਇਹ ਬੈਂਕ PU ਦੀ ਰਿਕਰੂਟਮੈਂਟ ਸੀ ਇਹ ਕੈਂਸਲ ਕਰ ਦਿੱਤੀ। ਭਲਾ ਇਹਦਾ ਧੱਕਾ ਹੀ ਕਰਤਾ ਤੁਸੀਂ ਸਾਡੇ ਨਾਲ, ਮਤਲਬ ਇਹਦਾ ਮੈਂ ਕਹਿੰਦੀ ਹਾਂ ਇੱਕ ਦਿਨ ਤੁਸੀਂ ਸਾਰਾ 2G ਬੰਦ ਕਰਕੇ 4G ਬੰਦ ਕਰਕੇ ਸਾਡੇ ਨਾਲ ਧੱਕਾ ਕੀਤਾ ਸੀ, ਹੈਂ ਫਿਰ ਹੁਣ ਸਾਡੇ ਨਾਲ ਇਹ ਵੀ ਧੱਕਾ ਕਰ ਦਿੱਤਾ ਤੁਸੀਂ, ਤਾਂ ਤੁਸੀਂ ਤਾਂ ਦਿਲ ਦੁਖਾ ਦਿੱਤਾ ਨਾ ਬੱਚਿਆਂ ਦਾ। ਬੱਚੇ ਜਿਹੜੇ ਹੁੰਦੇ ਨਾ ਉਹ ਰੱਬ ਦਾ ਰੂਪ ਹੁੰਦੇ ਨੇ, ਅਤੇ ਬੱਚਿਆਂ ਦੀ ਗੱਲ ਹੈ ਨਾ, ਰੱਬ ਬੜਾ ਕੋਲ ਹੋ ਕੇ ਸੁਣਦਾ, ਨੇੜੇ ਹੋ ਕੇ ਸੁਣਦਾ। ਅਤੇ ਮੇਰੀ ਗੱਲ ਸੁਣ ਲਿਓ, ਇਲੈਕਸ਼ਨ ਆਉਣ ਵਾਲੀ ਹੈ ਅਤੇ ਰੱਬ ਨੇ ਜੇ ਬੱਚਿਆਂ ਦੀ ਗੱਲ ਸੁਣ ਲਿੱਤੀ ਨਾ ਤਾਂ ਫਿਰ ਵੇਖ ਲਿਓ,